ਨੈਟ ਤੇ ਜਿਹੜਾ ਨਾ ਜੋ ਕੱਟ ਵੱਜਦੇ ਡਿਲੇ ਹੋ ਜਾਂਦਾ ਬਹੁਤ ਹੈਂ ਡਿਲੇ ਹੁੰਦਾ ਬਹੁਤ ਜੋ ਕੱਟ ਵੱਜਦੇ ਨੇ ਉਦੋਂ ਡਿਲੇ ਹੋ ਜਾਂਦਾ ਬਹੁਤ ਨਹੀਂ ਤਾਂ ਆਪਾਂ ਲੈਣੀ ਸੀ ਲਾਤੇ ਤੈਨੂੰ ਪਤਾ ਹੀ ਆ ਤੂੰ ਕਿੱਥੇ ਭੱਜਾਈ ਆਪਣੇ ਤੋਂ
ਆਧੁਨਿਕ ਕਬੱਡੀ ਕੌਮ ਦੇ ਵਾਸਤੇ ਕਹਿੰਦੇ ਵੀ ਆਹ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਏਰੀਏ ਦਾ ਹੈ, ਦੁੱਲਾ ਢੈਪੀ ਵਾਲਾ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ। ਅੰਬੀ ਅਮਨਾ ਹਥੋਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੇ ਵਾਸਤੇ ਨੰਬਰ ਦਾ ਵਾਧਾ ਕਰਦਾ ਹੋਇਆ, ਦੁੱਲਾ ਢੈਪੀ ਵਾਲਾ ਇੱਕ ਹੋਰ ਨੰਬਰ ਜੋੜਦਾ ਹੋਇਆ। ਚੱਲ ਵੀ ਭੀਮ ਸਿਆ ਖੇ ਸ਼ਾਦੀ ਗੇੜ ਲਾਹੌਰੀ ਵਰਗੀ ਭੀਨੇ ਭਿੰਦਰ ਦੀ ਪਕੜ ਬਥੇਰੀ ਤਕੜੀ ਖੰਡ ਵੱਲ ਦੇ ਜਿੰਦਰ ਦੀ ਪਕੜ ਬਥੇਰੀ ਤਕੜੀ ਖੰਡ ਵੱਲ ਦੇ ਜਿੰਦਰ ਦੀ ਨਾਲ ਮੈਦਾਨ ਦੇ ਵਿੱਚ ਭੀਮ ਦੀ ਪਈ ਹੋਈ ਕਬੱਡੀ ਦੇ ਉੱਪਰ ਦੇਖਦੇ ਵੀ ਹੁਣ ਸੈਡੋਗੇ ਵਾਲਾ ਹਠੂਰ ਵਾਲਾ ਦਾਲੇ ਵਾਲਾ ਭੇਖੇ ਵਾਲਾ ਚਾਰ ਖਿਡਾਰੀ ਤਿਆਰ ਨੇ। ਅੰਬੀ ਅਮਨਾ ਹਥੋਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੇ ਪਈ ਹੋਈ ਕਬੱਡੀ ਤੇ ਨੱਡੂ ਸੈਡੋਗੇ ਵਾਲਾ ਪਰ ਬੈਂਡ ਰੇਡਰ ਦੇ ਹਿੱਸੇ और सुखरदास सिवरा अगली कबड्डी पाने के वास्ते मैदान के वादा हुआ कबड्डी का खिलाड़ी अंबी इंटरनेशनल कबड्डी क्लब मोगे की टीम का यह नौजवान देख रहे ढावा बोलना होया चार खिलाड़ी पूरी तैयारी के बड़े चीरे ने साधु सिंह जी बराड़ साहब उन्होंने चंडे बहुत वही देन है खेडों जिम्मे रिम्बी बराड़ जी आखते हैं कि पत्तो कोले खाई सुनी दी खाई कोले दीन है तू मन मोह लिया कबड्डी का शकीन है। बहुत सारे कमेंटेटर गोल बोलते हैं पत्तो का खाई का दीना साहब का एरिया है ਨਾਲ ਮੈਦਾਨ ਦੇ ਵਿੱਚ ਜਲਾਲ ਵਾਲੇ ਦੀ ਕਬੱਡੀ ਪਈ ਹੋਈ ਗਗਨ ਜਲਾਲ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਨਕ ਦਾ ਪਿੰਡ ਹੈ ਕਿ ਮਾਹ ਦੀ ਮਾਹ ਦੁਨੀਆ ਵਾਲੇ ਮਾਹ ਠੰਡਲੀ ਸ਼ਾਹ ਦੁਨੀਆ ਵਾਲੇ ਨਾ ਇਧਰ ਪਾਸੇ ਨੱਟੂ ਸੈਦੋਗੇ ਵਾਲਾ ਬਹੁਤ ਵਧੀਆ ਮਨਪ੍ਰੀਤ ਸਿੰਘ ਕੋਸ਼ਿਸ਼ ਕਰਦਾ ਹੋਇਆ ਤੇ ਸਫਲ ਦਾ ਖਿਡਾਰੀ ਦੇ ਕਦਮ ਚੁੰਮਦੀ ਪਈ। ਅਗਲੀ ਕਬੱਡੀ ਪਾਉਣ ਦੇ ਲਈ ਨਰਪੈ ਸਿੰਘ ਕਿ ਨਰਪੈ ਦਾ ਧੱਕੇ ਨਾਲ ਲਗਾਉਣਾ ਨੀਆਮਿੰਟ ਦੇ ਕਾਲੇ ਦਾ ਹਵਾ ਵਿੱਚ ਪੰਜਾ ਲਗਾਉਣਾ ਵਿੱਚ ਦੁਨੀਆ ਦੇ ਮਸ਼ਹੂਰ ਹੈ ਕਿਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਣਾ ਜ਼ਰੂਰ ਹੈ ਕਿਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਣਾ ਜ਼ਰੂਰ ਕਿਹੜਾ ਕਿਹੜੇ ਦਾਜ ਵਿੱਚ ਖੇਡਦਾ ਲਓ ਕੀਪਾ ਭੁੰਦੜ ਵਾਲਾ ਲੱਕ ਨੂੰ ਲਪੇਟਾ ਪਾਉਂਦਾ ਹੋਇਆ ਵਰਿੰਦਰ ਮੰਨੀ ਜੀ ਉਹਨਾਂ ਦਾ ਦੇਖਾਂਗੇ ਇਸਦੇ ਪਾਸੇ ਕੀ ਇਸ਼ਾਰੇ ਹੋਣਗੇ। ਕੁਲਦੀਪ ਸਿੰਘ ਭੁੰਦੜ ਪਿੰਡ ਵਾਲਾ ਕੀਪਾ ਇਸ ਸਮੇਂ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਹੋਇਆ ਗੁਰਜੀਤ ਦੇ ਚੋਜ ਨਿਰਾਲੇ ਨੇ ਮੈਂ ਸੁਣਿਆ ਡੱਕਿਆ ਖੜਿਆ ਖੜਿਆ ਹਥੂਰ ਦੇ ਏਕ ਮੱਖਣ ਸੈਦੋ ਕੇ ਵਾਲੇ ਨੇ ਗੀਤਾ ਨੀਲਾ ਸ਼ੀਰਾ ਵਾਂਗ ਹਿਰਨ ਬਾਗੀਆਂ ਪਾਉਂਦੇ ਨੇ ਕੋਚ ਮੱਖਣ ਦੀ ਵੀ ਝੜਕਦਾ ਜਿਹਨੂੰ ਖਿਡਾਰੀ ਚੰਡਰੇ ਆਉਂਦੇ ਨੇ ਹੀਰੇ ਵਰਗੇ ਚਮਕਰ ਹੈ ਜਿਹਨਾਂ ਨੂੰ ਉਹ ਸਿਖਾਇਆ ਨੇ ਜਗ ਦੇ ਕਬੱਡੀ ਇੰਨੀ ਤੂੰ ਕਈਆਂ ਦਾ ਨਾਂ ਚਮਕਾਇਆ ਨੇ ਕਈਆਂ ਦੇ ਨਾਵਾਂ ਦੀ ਚਰਚਾ ਹੈ ਦੁਨੀਆ ਦੇ ਉੱਪਰ ਅੱਜ ਤੋਂ ਕਿਹਦੇ ਨਾਮ ਦੀ ਹੋ ਚਰਚਾ ਦਿੱਤਾ ਖੋਸੇ ਰਣਧੀਰ ਵਾਲਾ ਕਦੇ ਖੋਸੇ ਕੋਟਲੇ ਦੀ ਗੱਲ ਖੋਸੇ ਜਲਾਲ ਦੀ ਗੱਲ ਖੋਸੇ ਪਾਂਡੋ ਦੀ ਗੱਲ ਨਾ ਖੋਸੇ ਰਣਧੀਰ ਵਾਲਾ ਮੈਦਾਨ ਦੇ ਵਿੱਚ ਦੇਖਦੇ ਨੇ ਕੀਪਾ ਨੌਜਵਾਨ ਭੁੰਦੜ ਵਾਲਾ ਕੋਸ਼ਿਸ਼ ਕਰਦਾ ਹੋਇਆ ਸੁਰਜੀਤ ਪ੍ਰਧਾਨ ਜੀ ਤੋਂ ਲੈ ਕੇ ਮਨਪ੍ਰੀਤ ਤੇ ਹਰਮਨ ਵੱਲੋਂ ਮਨਪ੍ਰੀਤ ਦਾਲਾ ਜਿਹਨੇ ਜਫੇ ਲਾਵੇਗਾ ਉਹਨੇ 100 ਦਿੱਤੇ ਜਾਣਗੇ ਧੰਨਵਾਦ ਵਿਸ਼ੇ ਤੌਰ ਤੇ। ਨਾਲ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਵੀ ਆਹ ਨੌਜਵਾਨ ਅੱਗੇ ਵੱਧਦਾ ਹੋਇਆ ਸੁੱਖ ਬੁੱਟਰਾਵਾਲ ਬੁੱਟਰਾਵਾਲ ਦੀ ਪਈ ਹੋਈ ਕਬੱਡੀ ਔਰ ਬਹੁਤ ਰੌਚਕ ਜਿਹਾ ਪ੍ਰਦਰਸ਼ਨ ਚੱਲਦਾ ਹੋਇਆ ਮੈਦਾਨ ਦੇ ਅੰਦਰ ਟੈਪੀ ਵਾਲਾ ਦੁੱਲਾ ਕਿ ਰਾਜਗੁਰੂ ਸੁਖਦੇਵ ਸਰਾਭੇ ਉਦਮ ਦਾਤੀ ਕਹਿਣਾ ਭਗਤ ਸਿੰਘ ਨੇ 23 ਸਾਲ ਦੇ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ ਨੇ ਮਰ ਜਾਂਦੇ ਜੋ ਜੇ ਸ਼ਰੀ ਉਹ ਸਦਾ ਜਿਉਂਦੇ ਰਹਿੰਦੇ ਨੇ। ਬਹੁ ਮੈਦਾਨ ਦੇ ਵੀ ਦੇਖਦੇ ਵੀ ਲੰਡਿਆ ਵਾਲਾ ਕੋਸ਼ਿਸ਼ ਕਰਦਾ ਹੈ ਤਾਲਾ ਕਦੇ ਕਹਿੰਦੇ ਮੰਦਿਰ ਬੜਾ ਮਸ਼ਹੂਰ ਹੋਇਆ ਤਾਰ ਬੜਾ ਜਾਨਦਾਰ ਜਾਤੀ ਹੈ ਔਰ ਕਦੇ ਕਾਲੇ ਦੀ ਗੱਲ ਨਾਲ ਵਾਟਰ ਬ੍ਰੇਕ ਕਿਸਨੇ ਇਸ ਮੈਦਾਨ ਦੇ ਅੰਦਰ ਸਾਡੇ ਵੀਰ ਗੁਰਜੀਤ ਗੁਰਜੀਤ ਸਿੱਧੂ ਜੀ ਮਨੀਲਾ ਤੇ ਸਤਵੰਤ ਮਨੀਲਾ ਵੱਲੋਂ ਜੋ ਹੈ ਏਕ ਮਸ਼ਹੂਰ ਜਿਹਨੇ ਜਫੇ ਲਾਵੇਗਾ ਉਹਨੇ 100 ਦਿੱਤੇ ਜਾਣਗੇ। ਪਿਛਲੇ ਸਾਲ ਸੈਕਿੰਡ ਪਰਲਵੰਦ ਕਬੱਡੀ ਕੱਪ ਜਦ ਪਾਕਿਸਤਾਨ ਦੇ ਨਾਲ ਮੈਚ ਖੇਡੇਗਾ ਤੇ ਇੱਕ ਖਿਡਾਰੀ ਨੇ ਬਹੁਤ ਤਗੜੇ ਜਫੇ ਲਾਏ ਸਨ ਉਹ ਕੈਨੇਡਾ ਦਾ ਵਸਨੀਕ ਬਣ ਗਿਆ ਸਾਡੇ ਕੋਲ ਪੁੱਜਿਆ ਹੋਇਆ ਬਲਜੀਤ ਸੈਦੋਗੇ ਵਾਲਾ ਸਾਰਿਆਂ ਨੇ ਫਤਿਹ ਸਾਂਝੀ ਕਰੇਗਾ। ਬਲਜੀਤ ਸਿਆ ਕਰ ਫਤਿਹ ਸਾਂਝੀ ਨੌਜਵਾਨਾਂ ਤਾੜੀਆਂ ਮਾਰ ਦਿਓ। ਮੱਖਣ ਸਿੰਘ ਜੀ ਡੀਪੀ ਸਾਹਿਬ ਆਖਦੇ ਵੀ ਪਿਛਲੇ ਸਾਲ ਵੀ ਕੱਪ ਅਸੀਂ ਜਿੱਤਿਆ ਸੀਗਾ ਐਤਕਾਂ ਵੀ ਅਸੀਂ ਜਿੱਤਿਆ ਪਿਛਲੇ ਸਾਲ ਵੀ ਬਲਜੀਤ ਨੇ ਵੱਧ ਜਫੇ ਲਾਏ ਸਨ ਔਰ ਇਸ ਸਾਲ ਏਕਮ ਨੇ ਵੱਧ ਜਫੇ ਲਾਏ। ਅੰਬੀ ਅਠੂਰ ਕਲੱਬ ਨੂੰ ਇਹ ਮਾਣ ਜਾਂਦਾ ਹੈ ਕਿ ਜਦ ਵੀ ਪਾਕਿਸਤਾਨ ਦੇ ਮੈਚ ਹੋਏ ਤੇ ਇਹਨਾਂ ਦੋ ਖਿਡਾਰੀਆਂ ਨੇ ਜੋ ਹੈ ਸੈਕਿੰਡ ਤੇ ਥਰਡ ਸਭ ਦਾ ਸਵਾਗਤ ਹੈ। ਲਓ ਅਗਲੀ ਕਬੱਡੀ ਬੂਟਾ ਸਿੰਘ ਨੰਬਰਦਾਰ ਜੀ ਦਾ ਸਤਵੰਤ ਸਿੰਘ ਜੀ ਬਰਾੜ ਮਨੀਲਾ ਵਾਲੇ ਤੇ
उन्होंने नाल साडे सरकारी वजीर जो है गुरप्रीत सिंह सिद्धू मनीला वो गोल्ड मैडल के मान सम्मान करेंगे। ऐलान करते हुए एक मथुर जिन्हें जफे आएगा उन्हें 100-100 दिते जाएंगे। लाओ मैदान के अंदर पैसे कबड्डी देख रहे इस समय आ नौजवान लड्डू कोशिश करना टक्कर दे माहने हिस्सा लाओ कदे सजे कदे खबे हुंदा होया आ जफा भी बहुत रज के लगन की कोशिश चलती हुई मैं ड्रेडर का 100 रुपया नानक एक दिन वास्ते 100 रुपया फड़ी तेरे पास नाल दी नाल मायने गफे खिलाड़ियों के वास्ते जो है साढ़े मान योग सत्कार योग वीर नाल दी नाल दिंदे हुए अगली कबड्डी सिफर दासे वाले दी हरासे वाला लाओ काला तेरे पास कोशिश कर रहा डकरण की कदे जनता कहने भी बदो वर्दे कप के नैनो घर का जेतू बनता है। इस एरिए के बहुत सारे कबड्डी के खिलाड़ी ने और बहुत मुझकी वाला अगली दिन मैदान के पाउंड ने कबड्डी का खिलाड़ी हरजीत फ्रेंड्स क्लब पर तो हीरा सिंह जी टीम का यह नौजवान कबड्डी पाउंड के वास्ते अगे वाधा फिर चार खिलाड़ियों के कौन जफर आएगा आत्मा डाले वाला पर उसे पिंड का सिंह बाद वो कोशिश करता फिरा तो सफलता देखा भी कि कदम चुनेगी एपी डिजिटल स्टूडियो वाले ने भूपिंदर सिंह जी उन्होंने कहते फोर्स ने कि पॉइंट जाफी का अणगिनत चेले ने साधु सिंह बराल दे मखन डीबी के चेले वड्डिया मल्ला मार दे चैना सिद्धवा चंगे दास सिखाता है मखन धारीवाल अज भी खेल दिखाता है बेबा पंडाल पेली दुधो पानी छाण देंगे जगतार से बेबा ते बाबा तुरे जाते पछाड़ देंगे अज बन गए कौडी के कोच पहला होंगे खिलाड़ी से पधाण वाले विच ग्राउंडा होंगी इन्हों की सरदारी से विच ग्राउंडा होंगी इन्हों की सरदारी से इन्होंने सरदारी रही खिलाड़ियों के तौर पर अज कोच ने हरविंदर मनप्रीत वालों वास्ते 100 रुपए के मान सम्मान ने लाओ अगली कबड्डी पाने वास्ते आ नौजवान बीता खोसे रमतीर वाल अगे बढ़ता होया कि सदोल कीते दी गज छाती मेल का शीरा हथूर आंदा कौडी खेडे जद बीता खोसे आंदा उदों लोगों के ताई है सरूर आंदा नीला करके विच सुरखियां दे नाम डोली भाई पिंड का जरूर आंदा गीता जंदी शीरा मल्ले आला जद आउण मैदानां विच उदों है नूर आंदा नी कसियां दा पंजाबी नहीं पावे पर स्टॉप ने खड़े खड़े नूं लाई हुई है कौम जग दे उत्ते पंजाबियां दी जिन्हें प्लीज कबड्डी लड़ाई हुई तारियां मार दे खिलाड़ी ने यह है गीता भूंदड़ वाला बहुत वधिया जानदार जाती इस समय हरजीत फ्रेंड्स क्लब पत्तो हीरा सिंह दे वास्ते नंबर जोड़दा होया अगली कबड्डी देख लैंदे मैदान दे विच इंदू इंदगढ़ पंडवाला इंदू इंदगढ़िया मैदान में कबड्डी पाता है हरजीत फ्रेंड्स क्लब पर तो हीरा सिंह टीम का एक हथियार था पगड़ा पड़ता मंगी समय से आफता प्रधान पाले पर पूरा आना खुशी दाव का मुड़े उफरना जयपुरी देवी की देवी गुरदासपुरी संदीप जी के लिए जयपुरी संदीप जगेल का टच सुखबीर सरामा का पावे पे लेना हाथ विच दुनिया में मशहूर है कि जो जगह की खुशी है पता चला जरूर एक मशहूर भगत पाके के फौरन का मैदान के अंदर
ਅਗਲੀ ਦੇ ਪਾਉਣ ਵਾਸਤੇ ਹਲਕੇ ਹਲਕੇ ਮੁਕਾਂ ਦੇ ਬੱਬੂ ਨਾਜ਼ਰ ਮੁਕਦੀ ਬਾਦ ਹਲਕੇ ਨੇ ਚੰਦ ਪ੍ਰਾਣੀ ਦੇ ਕਬੱਡੀ ਕਬਰੇ ਦੇ ਗਗਨ ਜਵਾਨ ਬੱਸ ਲਿਆ ਬੱਸ ਦੇ ਤੌਰ ਤੇ ਮਾਰ ਔਰ ਅੱਜ ਦੇ ਸਿਰ ਕਿਹੜਾ ਪ੍ਰਾਣੀ ਬੱਲੇ ਬੱਲੇ ਬਾਬੇ ਦਾ ਸਮਾਦਾਨ ਦੇ ਅੰਦਰ ਤਾਂ ਭਾਈ ਫਿਰ ਬੱਡੀ ਮੁਕਦੀ ਬਾਦ ਬੱਬੂ ਦੇ ਇੱਕ ਭਰਾਣੇ ਦਾ ਜਾਮ ਤੇ ਕਿਹੜਾ ਤੁਸੀਂ ਬੱਲੀ ਖੇਡਦਾ ਹੋਇਆ ਪਰ ਪੇਛੋ ਦਾ ਬਿਕਾ ਮੌਜੀ ਦਾ ਜਾਪੀ ਹਲਕਾ ਦਾ ਪੁਰਸ਼ ਦਾ ਬਾਹਰ ਪਰ ਆਪਣੇ ਟੀਮ ਦੇ ਅਗਲੀ ਕਬੱਡੀ ਦੇ ਸਿਰ ਨੇ ਪ੍ਰਾਣੀ ਮੈਦਾਨ ਦੇ ਅੰਦਰ ਪਈ ਸੀ ਮਾਰ ਕੇ
ਇੱਕ ਹੋਰ ਨੰਬਰ ਹਰਜੀਤ ਸਿੰਘ ਦਾ ਪੁੱਤ ਵੀਰਾ ਸਿੰਘ ਦੇ ਬਗਾ ਪੜਾਣੇ ਵਾਲਾ ਅਗਲੀ ਹੋ ਰਿਹਾ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੱਗਾ ਮੈਦਾਨ ਦੇ ਬੱਗਾ ਸਰ ਕਬੱਡੀ ਦਾ ਖਿਡਾਰੀ ਧੂਰ ਰੋਬੀ ਹੋਈ ਦੋ ਜਿਹਾ ਦਾਦਾ ਦੇ ਸਾਹਮਣੇ ਵਿੱਚ ਮਿਸਰੇ ਫਿਰ ਜਮਾ ਚਾਹ ਦਾ ਖਿਡਾਰੀ ਵਿੱਚ ਮਿਸਰੇ ਜਾਈਏ ਬਿਠਾਏ ਉਹਦੇ ਜੀ ਨੇ ਕਾਹ ਦੇ ਦੀ ਕੱਢੀ ਆ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਨਾਲ ਸੁਖਾ ਬੁੱਟਰ ਅਗਲੀ ਦੇ ਮੈਦਾਨ ਦੇ ਵਿੱਚ ਪਾਉਣ ਦੇ ਲਈ ਬੱਗਾ ਕੱਪੜੇ ਲਾ ਕੇ ਵਿੱਚ ਮੈਦਾਨੇ ਸ਼ੂਕ ਨਹੀਂ ਲਿਆਉਂਦੇ ਕੰਬਲੇ ਪੈਂਦੇ ਹੁੰਦੇ ਯਾਰੋ ਬਸਰ ਗੀਤ ਨੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਵਿਖਾਉਂਦੇ ਨੇ ਕੋਈ ਰੇਡਾ ਪਾਉਂਦੇ ਨੇ ਕਿ ਜਿੱਸੇ ਲਾਉਂਦੇ ਬਸੋ ਗੰਦਾਜ਼ ਆ ਨਾਲ ਇਧਰ ਪਾਸੇ ਇੱਕ ਜ਼ੋਰ ਦੇ ਨਾਲ ਇੱਕ ਮਹਾਨ ਦੁਨੀਆ ਦਾ ਮਹਾਨ ਹੈ ਦੁਨੀਆ ਦਾ ਸੁਪਰ ਖਿਡਾਰੀ ਹੈ ਇਸ ਨੇ ਜੱਫਾ ਲਾਉਂਦਾ ਹੋਇਆ ਬਾਅਦ ਅੰਬੀ ਅਮਨਾ ਪੂਰੇ ਟ੍ਰੈਕ ਤੇ ਬੱਲੇ ਕਬਰ ਲੋਗਾ ਦੇ ਵਾਸਤੇ ਜ਼ੋਰ ਦਾ ਹੋਇਆ ਸੁਖਾ ਦਾਸੇ ਦਾ ਅਗਲੀ ਦੇ ਦੇਖ ਲਓ ਮੈਦਾਨਾਂ ਦੇ ਜਵਾਨੀ ਸ਼ੂਕ ਦੀ ਉਹਦੇ ਨੇ ਫਟੋਲੇ ਮਾਰ ਭੱਜਣ ਛਪੱਟਾਂ ਦੇ ਡੌਲਾ ਤੇ ਮੱਛੀਆਂ ਤੇ ਖੂਨ ਦੇ ਤੂਫਾਨ ਹੈ ਹੁੰਦੀਆਂ ਨੇ ਗੱਲਾਂ ਪਰ ਘੁੱਗੀਆਂ ਵੀ ਪੱਟਾਂ ਦੇ ਖਾਦੀਆਂ ਖੁਰਾਕਾਂ ਦੇ ਕੰਮ ਆ ਗਏ ਆ ਗਾਈ ਜਾਨ ਬੱਲੇ ਬੱਲੇ ਲੱਖਾਂ ਦੇ ਇਕੱਠਾਂ ਦੇ ਸੋਨਾ ਚਾਂਦੀ ਹਰ ਸ਼ੈ ਮੇਰੇ ਕੋਲ ਵਾਸਵਾਨੀ ਆ ਪਰ ਮਿਲ ਬਿਨਾ ਕੌਡੀ ਵਾਲੇ ਹੀਰੇ ਮੁੱਲ ਹੱਟਾਂ ਦੇ ਮਿਲ ਬਿਨਾ ਕੌਡੀ ਵਾਲੇ ਹੀਰੇ ਮੁੱਲ ਹੱਟਾਂ ਦੇ ਨਿਤਰੇਤਰੀ ਮਾਂ ਵਾਸਤੇ ਪੁੱਤਾਂ ਨੂੰ ਜਨਮ ਦਿੰਦੀ ਆ ਨਾਲ ਅਗਲੀ ਕਬੱਡੀ ਇੰਦੂ ਇੰਦਗਰ ਵੀ ਪਈ ਹੋਈ ਹਾਂਜੀ ਦੇ ਫਰੰਟ ਕਲੱਬ ਪਾਸੇ ਹੀਰਾ ਸਿੰਘ ਦੀ ਟੀਮ ਦਾ ਇੰਦੂ ਮਦਾਨ ਦੇ ਵਿੱਚ ਸੁੰਦਰ ਜੂੜੇ ਦੇ ਉੱਪਰ ਸੁੰਦਰ ਰੁਮਾਲ ਹੈ ਔਰ ਮਦਾਨ ਦੇ ਵਿੱਚ ਪਈ ਹੋਈ ਰੇਡ ਖਿਡਾਰੀ ਕਦੇ ਸਜੇ ਕਦੇ ਖੱਬੇ ਹੁੰਦਾ ਹੋਇਆ ਵਾਹਲੇ ਦੀ ਸਾਹ ਨਾ ਬਹੁਤ ਵਧੀਆ ਨੱਟੂ ਕੋਸ਼ਿਸ਼ ਕਰਦਾ ਤਾਂ ਖੇਡ ਦੀ ਨਾ ਪਾ ਗਿਆ ਲਪੇਟਾ ਇਹਦੇ ਲਈ ਸਾਰੇ ਤਾੜੀਆਂ ਮਾਰਨਗੇ ਵੀ ਦੋ ਖਿਡਾਰੀਆਂ ਦਾ ਹੱਥੀ ਕਸ਼ਮ ਹੋਈ ਹੈ ਤੇ ਮਰ ਵੀ ਨੱਟੂ ਸਾਹਿਬੇ ਦੇ ਵਾਲਾ ਨਾ ਬਲਦੀਰ ਵੀ ਖੁਸ਼ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੈਂ ਨਾਮ ਚਮਕਾਇਆ ਜਿਵੇਂ ਜੀਤੋ ਨੇ ਨਾਮ ਚਮਕਾਇਆ ਜਿਵੇਂ ਮੱਖਣ ਨੇ ਜਿਵੇਂ ਨੀਲੇ ਨੇ ਨਾਮ ਚਮਕਾਇਆ ਉਹ ਮਾਰਕਾ ਵੀ ਨਾਮ ਚਮਕਾਵੇਗਾ ਪਿੰਡ ਦਾ ਵਧੀਆ ਪ੍ਰਸਿੱਧੀ ਹਾਸਲ ਹੋ ਗਿਆ ਗੁਰੂ ਮਹਾਰਾਜ ਜੀ ਅਪਾਰ ਕਿਰਪਾ ਕਰਨਗੇ ਵੱਡੀ ਕਿਰਪਾ ਹੋਵੇਗੀ ਜਿਵੇਂ ਕਹਿੰਦੇ ਨੇ ਮਾਂ ਜਗਜੀਤ ਕੌਰ ਦੇ ਪੁੱਤਰਾਂ ਦੇ ਉੱਪਰ ਵੱਡੀ ਕਿਰਪਾ ਹੈ ਬੇਟਾ ਮਲਕੀਤ ਸਿੰਘ ਦੇ ਮਾਂ ਹੈ ਤਿੰਨ ਪੁੱਤਰ ਕੁੜੀ ਨੇ ਸੁਧਾਂ ਦੇ ਤੌਰ ਤੇ ਕੁੜੀ ਖੇਡਦੇ ਨਾਲ ਨਰਪਾਲ ਸਿੰਘ ਹਠੂਰ ਵਾਲਾ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਕੋਈ ਦੁਨੀਆ ਦੇ ਜਿਸ ਖੇਡ ਦੀ ਧੁੰਮ ਪੈਗੀ ਖੇਡ ਉਹ ਪੰਜਾਬੀਆਂ ਦੀ ਹੈ ਕਬੱਡੀ ਖੇਡ ਦੀ ਕਈ ਦਾ ਪਾਲਾ ਸੈਂਟਰ ਦੇ ਹੁੰਦੇ ਦੋ ਹੁੰਦੇ ਚਾਰ ਹੁੰਦੇ ਜਾਫੀ ਭਾਵੇਂ ਪਹਿਲਾ ਜਾਣਾ ਰੇਲ ਜੀ ਰਸ਼ੀਨ ਵਾਲਾ ਵੇਖਦੇ ਹੈ ਸਵਾਦ ਆਉਂਦਾ ਲੱਗਦਾ ਹਜੇ ਹੁੰਦਾ ਸਾਹਮਣਾ ਵਾਲਾ ਪੇੜ ਜੀ ਲੱਗਦਾ ਹਜੇ ਹੁੰਦਾ ਸਾਹਮਣਾ ਵਾਲਾ ਪੇੜ ਜੀ ਇਹ ਹੈ ਨਾਨਕ ਠੂਰ ਵਾਲਾ ਜੋ ਕੋਸ਼ਿਸ਼ ਕਰ ਰਿਹਾ ਲੱਗਣ ਦੀ ਤੇ ਇਸ ਖਿਡਾਰੀ ਨੂੰ ਕਹਿੰਦੇ ਮਾਣੂ ਕਹਿੰਦੇ ਕੱਪ ਦੇ ਵਿੱਚ ਗੱਡੀ ਦਿੱਤੀ ਜਾਵੇਗੀ ਕਾਂਗੜ ਵਾਲੇ ਬਿੰਦਰ ਨੂੰ ਸਿਰਫ ਦੀ ਗੱਡੀ ਨੂੰ ਉਹ ਮਾਣੂ ਕਹਿੰਦੇ ਕਬੱਡੀ ਕੱਪ ਦੇ ਵਿੱਚ ਦਿੱਤੀ ਜਾਵੇਗੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੱਗਾ ਬਣਾਉਣੇ ਵਾਲਾ ਫਿਰ ਮੈਦਾਨ ਦੇ ਵਿੱਚ ਵੱਧਾ ਹੋਇਆ ਕਬੱਡੀ ਦਾ ਖਿਡਾਰੀ ਫੋਨ ਉੱਠਦੀ ਹੈ ਹਲਕੀ ਸਲਕੀ ਇਹਦਾ ਰੰਗ ਸੰਦੂਰੀ ਹੈ ਇਹ ਗੋਰੀ ਚਿੱਟੀ ਹੈ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਇਸ ਮਿੱਟੀ ਵਿੱਚ ਕੋਲ ਕਿੱਦਾਂ ਕੋਈ ਉਗਾਵੇ ਇਹ ਮਿੱਟੀ ਕਰਕੇ ਪਿਆਰ ਦਾ ਬੂਟਾ ਲਾਵੇ ਪੁੱਛਣਾ ਫਕੀਰਾਂ ਤੋਂ ਕਿ ਇਹਦੀ ਬਾਣੀ ਮਿੱਟੀ ਹੈ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਆ ਹਰ ਸਾਲ ਲੰਬਿਆ ਮਾਰਾ ਬੱਲੇ 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 ਤਜਰਬਾ ਹੈ ਪਾਰ ਦਾ ਦੁਨੀਆ ਦੇ ਖੇਡ ਮੈਦਾਨਾਂ ਦੇ ਖੇਡਣ ਵਾਲਾ ਖਿਡਾਰੀ ਇੰਟਰਨੈਸ਼ਨਲ ਕਬੱਡੀ ਕਲੱਬ ਕਦੀ ਕੈਲਗਰੀ ਦੇ ਵਾਸਤੇ ਖੇਡਦਾ ਕਦੀ ਟੋਰਾਂਟੋ ਦੇ ਵਿੱਚ ਖੇਡਦਾ ਕਦੀ ਇੰਗਲੈਂਡ ਦੇ ਵਿੱਚ ਖੇਡਦਾ ਤਾਂ ਲੰਡਨ ਦਾ ਮੰਦਰ ਫਰਾਂ ਦੀ ਕਬੱਡੀ ਸਦਾ ਮਸ਼ਹੂਰ ਰਹੀ ਕਾਲੇ ਵਰਗੇ ਜੰਟੇ ਵਰਗੇ ਨੌਜਵਾਨ ਬੱਲੇ ਬੱਲੇ ਕਰਾਉਂਦੇ ਨੇ ਤਾਂ ਵੀ ਮਾਨੂ ਕੇ ਵਾਲਾ ਫਿਰ ਕਬੱਡੀ ਪਾਉਂਦਾ ਹੋਇਆ ਇਸ ਸਮੇਂ ਖਿੱਤਿਆਂ ਕੇ ਮਾਰ ਜਾਂ ਫੁੱਟੀਆਂ ਵਰਗੀ ਟੋਪਾ 98-84 ਸਵਰਗ ਗੱਡੀ ਕਿਸੇ ਵੀਰ ਦੀ ਗਲਤ ਸਥਾਨ ਦੇ ਉੱਪਰ ਪਾਰਕ ਹੈ ਉਹ ਮਿਹਰਬਾਨੀ ਕਰਕੇ ਸਾਈਡ ਤੇ ਕਰ ਲੈਣਾ 95-85-83 ਸੋ ਮਿਹਰਬਾਨੀ ਕਰਕੇ ਸਾਈਡ ਤੇ ਗੱਡੀ ਕਰ ਲੈਣਾ ਸਵਰਗ ਗੱਡੀ ਹੈ ਜਿਸੇ ਵੀਰ ਦੀ ਹੋਵੇ ਉਹ ਗਲਤ ਸਥਾਨ ਦੇ ਉੱਪਰ ਪਾਰਕ ਹੈ ਅਗਲੀ ਕਬੱਡੀ ਦੇ ਸਿਰਫ ਸੁਖਰ ਦਾਸੇ ਵਾਲਾ ਫੇਰ ਬੁੜੀਆ ਨਿਸ਼ਚਤ ਢਾਡੀ ਦੀ ਕਹਿੰਦੇ ਕਬੱਡੀ ਬੜੀ ਮਸ਼ਹੂਰ ਹੋਈ ਨਾਫੇ ਵਾਲੀ ਸੇਵੀ ਮਸ਼ਹੂਰ ਹੋਇਆ ਵੱਡੇ ਘਰ ਦਾ ਵੀਰੂ ਬੜਾ ਮਸ਼ਹੂਰ ਹੋਇਆ ਕੋਲੀਆ ਵਾਲਾ ਗੇਲਾ ਮਸ਼ਹੂਰ ਹੋਇਆ ਔਰ ਗਾਜੀਆਂ ਦਾ ਕਾਰਾ ਮਸ਼ਹੂਰ ਹਰਜੀਤ ਬਰਾਬ ਦੀ ਗੱਲ ਵੱਖਰੀ ਰਹੀ ਨਾ ਉਹਦੇ ਪਾਸੇ ਦੇਖਦੇ ਵੀ ਮੈਦਾਨ ਦੇ ਅੰਦਰ ਸੁਖਰ ਦਾਸੇ ਵਾਲਾ ਇੱਕ ਹੋਰ ਨੰਬਰ ਅੰਬੀ ਅਮਨਾ ਹੱਥੋਂ ਦੇ ਟ੍ਰੈਸ਼ ਕਬੱਡੀ ਕਲੱਬ ਹੋਗਾ ਮੱਖਣ ਚਿਰਕਾ ਔਰ ਕਦੇ ਮੇਜ ਚਿਰਕੇ ਦੀ ਗੱਲ ਕਦੇ ਬਬਲੀ ਦੀ ਕਦੇ ਬਿੱਲੇ ਦੀ ਚਿਰਕਾ ਵੀ ਬੜਾ ਮਸ਼ਹੂਰ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਆ ਦੇਖ ਲੈ ਵੀ ਨੌਜਵਾਨ ਹਲਕੇ ਹਲਕੇ ਕਦਮਾਂ ਦੇ ਨਾਲ ਸੁਖਰੀ ਪਈ ਹੋਈ ਹੈ ਗੱਡੀ ਬਾਅਦ ਜਲ ਦੇ ਸਾਈਡ ਤੇ ਕੀਤੀ ਜਾਵੇਗੀ ਉਹ ਕਬੱਡੀ ਖਿਡਾਰੀ ਜੋ ਅੰਮ੍ਰਿਤ ਸੋਡ ਦੇ ਵਾਸਤੇ ਖੇਡ ਰਹੇ ਇਹਨਾਂ ਦੀ ਗੱਡੀ ਬਾਅਦ ਜਲ ਆਪਾਂ ਸਾਈਡ ਤੇ ਕਰਾਂਗੇ ਧੰਨਵਾਦ ਅਗਲੀ ਕਬੱਡੀ ਦੇ ਨਾਲ ਫਿਰ ਜੁੜੀਏ ਮੈਦਾਨ ਦੇ ਅੰਦਰ ਹਾਂ ਸੁੱਖਾ ਸਾਫੂ ਵਾਲਾ
ਦਰਸ਼ਨ ਸਿੰਘ ਗਿੱਲ ਹੋਣਾ ਦੀ ਦੇਣ ਹੈ ਕਿ ਵੱਡੀ ਉਹਨਾਂ ਦਾ ਸਾਫੂ ਵਾਲਾ ਪਿੰਡ ਹੈ ਮੈਦਾਨ ਵਿੱਚ ਸੁੱਖਾ ਸਾਫੂ ਵਾਲੀਆ ਕੋਸ਼ਿਸ਼ ਕਰਦਾ ਦੱਖਣ ਵੀ ਲਾਲ ਲੱਖ ਨੂੰ ਪੈ ਗਿਆ ਤੇ ਪਾਸੇ ਬਾਹਰ ਨੂੰ ਪੇਟਾ ਪੈ ਗਿਆ ਬਾਹਰ ਨੂੰ ਕੈਂਚੀ ਵੱਜੀ ਹੋਈ ਤੇ ਇੰਨੀ ਗੱਲਾਂ ਬਗੀਚਾ 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 ਕਹਿੰਦੇ ਬਾਗ ਨੂੰ ਆਖਦੇ ਹੈ ਪਰ ਇਹ ਬਗੀਚਾ ਕਬੱਡੀ ਵਾਲਾ ਇਸ ਲਈ ਬਹੁਤ ਵਧੀਆ ਪਿੰਡ ਗੜੀਆ ਦਾ ਖਲੋਂਦਾ ਹੋਇਆ ਕੱਲ ਵੀ ਬਰਿੰਦਰ ਸਿੰਘ ਪਾ ਕਬੱਡੀ ਨੌਜਵਾਨ ਬਿੰਦਰ ਦਾ ਕਾਂਗਰਸ ਪਿੰਡ ਹੈ ਦੀਨਾ ਸਾਹਿਬ ਦਾ ਪੱਤੋ ਦਾ ਏਰੀਆ ਹੈ ਇਹਦਾ ਏਰੀਆ ਹੈ ਮੈਦਾਨ ਦੇ ਵਿੱਚ ਰਿਸ਼ਤ ਵੱਡੀ 2012 ਦੇ ਵਿੱਚ ਹਸੂਰ ਦੇ ਅਮਲੇ ਦੀਆਂ ਯਾਦਾਂ ਰਹਿ ਗਈਆਂ ਔਰ ਰਾਜਵਨ ਕੇ ਤੁਰਕੋ ਦੀਆਂ ਮੋਹਰਾਂ ਵੀ ਨਹੀਂ ਰਹੀਆਂ ਸਾਡੇ ਜ਼ਿਲ੍ਹੇ ਨੇ ਸੋ ਤਾਲੀਬਾਨ ਦਾ ਸੇਵਾ ਵੀ ਨਹੀਂ ਰਿਹਾ ਸਾਡੀ ਮੱਲੀਆਂ ਵਾਲਾ ਵੀ ਨਹੀਂ ਰਿਹਾ ਆਪਾਂ ਟ੍ਰਿਬਿਊਟ ਸਰਦਾਰੀ ਪੇਸ਼ ਕਰਦੇ ਹਾਂ ਕਬੱਡੀ ਉਹਨਾਂ ਸਾਹਿਬ ਦੇ ਸੁਖ ਖਿਡਾਰੀਆਂ ਨੂੰ ਸੋ ਸਦਾ ਦੇ ਸ੍ਰੀ ਵੀ ਜੁੜਾ ਦੇ ਗਏ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਨਰਪਾਲ ਸਿੰਘ ਪੇਲ ਪੇਲ ਕੇ ਰੇਡਾ ਪਾਉਂਦੇ ਫੇਰ ਜਸ਼ੀਲੇ ਨੇ ਸਭ ਖਰਾਬੇ ਯਾਰੋ ਇਹਨਾਂ ਜਾਣੇ ਕੀਲੇ ਨੇ ਦੁਨੀਆ ਖਤਰ ਤੱਕ ਨਹੀਂ ਦਿੱਤੇ ਰੰਗ ਟਿਕਾਣਾ ਦੇ ਸ਼ਿੰਗਾਰ ਕਦੀ ਸ਼ਿੰਗਾਰ ਬਣੇ ਸਿਰ ਖਿਡਾਰੀ ਵਾਹਨੇ ਦੀ ਸਹਿ ਇਹਨੇ ਪਾਸੇ ਦੇਖ ਲੈਂਦੀ ਇਹਨੇ ਵੀ ਜੋਰ ਤਾਂ ਆਪਣੀ ਕਹਾਣੀ ਆਪ ਰਚਣਾ ਹੈ ਬੜਾ ਜੋਰ ਦਾ ਖਿਡਾਰੀ ਨਰਮੈ ਹਸੂਰ ਵਾਲਾ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ punjablive.com ਦੇ ਉੱਪਰ ਲਾਈਵ ਜਿਹੜੀ ਅਨੰਦ ਨਾਮ ਦੀ ਸੀ ਇਹਨਾਂ ਮੈਚਾਂ ਦਾ ਵਾਧੂ ਵੇਖ ਸ਼ੰਕਰਾਪੁਰੀ ਕਬੱਡੀ ਕਰਨੀ ਸਾਧੂ ਵਾਲਾ ਤੇ ਸਰਜੀਤ ਤਲਵਾਰ ਕਲੱਬ ਜਗਾਓ ਨੈਕਸਟ ਮੈਚ ਦੇ ਵਾਸਤੇ ਟੀਮਾਂ ਚਾਰ ਹੋ ਜਾਣ ਚੌਥਾ ਮੈਚ ਦੇ ਬਾਅਦ ਇਹਨਾਂ ਟੀਮਾਂ ਦੇ ਦੌਰਾਨ ਖੇਡਿਆ ਜਾਵੇਗਾ ਸ਼ੰਕਰਾਪੁਰੀ ਕਬੱਡੀ ਕਰਨੀ ਸਾਧੂ ਵਾਲਾ ਸਰਜੀਤ ਤਲਵਾਰ ਕਲੱਬ ਜਗਾਓ ਦੀ ਟੀਮਾਂ चौथा मैच शंकरापुरी कबड्डी कैंट की साधु वाला सरजीत तलवार क्लब जगड़ाओ इंदू इंदुरिया करा जोधरी पिता दशवेश अगे मेरे भागा में पंथरा प्यार लिख दे लिख दे मेरी तलवार से जफरनामा एनी धार तो चंडी की वार लिख दे अणखों सखरे जिलों के कागजा से चंडी कला के अखर चार लिख दे ਸਾਜਾ ਵਾਸਤਾ ਪੱਥ ਲੜੀ ਕਿ ਕੌਮ ਦੇ ਇੱਕ ਹੋਰ ਅਜੀਬ ਨਿਦਾਰ ਲਿਖ ਦੇ ਕੌਮ ਦੇ ਇੱਕ ਹੋਰ ਅਜੀਬ ਨਿਦਾਰ ਲਿਖ ਦੇ ਨਾ ਇਹਦੇ ਪਾਸੇ ਫਿਰ ਵਰਤਮਾਨ ਖੇਡ ਦੀ ਗੱਲ ਕਿ ਬੱਗਾ ਪੜਾਣੇ ਵਾਲਾ ਜੀਰੇ ਦਾ ਫਿਰੋਜ਼ਪੁਰ ਦਾ ਏਰੀਆ ਹੈ ਮੈਦਾਨ ਵਿੱਚ ਪੈਸੇ ਫਿਰ ਖਿਡਾਰੀ ਦੀ ਏਪੀ ਸੂਰੇ ਵਾਲੇ ਨੇ ਭੁਪਿੰਦਰ ਸਿੰਘ ਵਾਲੇ ਨੇ ਕੈਮਰੇ ਫੋਕਸ ਨੇ ਕਿ ਆਹ ਮੁੰਡੇ ਨੇ ਖੇਡ ਮਿਲ ਜਾ ਹੈ ਆਪਾਂ ਜ਼ਰੂਰ ਖਬਰ ਪਾਵਾਂਗੇ ਕੀਤਾ ਭੁੰਦਰ ਵਾਲਾ ਕੋਸ਼ਿਸ਼ ਕਰਨਾ ਦੱਖਣ ਦੀ ਪੰਜ ਅੰਬਰੀ ਅਮਨਾ ਹੱਥੋਂ ਦੇ ਪ੍ਰਦਰਸ਼ਨ ਬੰਦੀ ਕਲੱਬ ਮੋਗਾ ਦੀ ਟੀਮ ਦੇ ਪਿੱਛੇ ਲਓ ਬਲਵਿੰਦਰ ਸਿੰਘ ਬਿੰਦਰ ਦੀ ਕਬੱਡੀ ਮੈਦਾਨ ਵਿੱਚ ਪੈਸੇ ਬਲਵਿੰਦਰ ਆਖਾਂ ਦੇ ਨਹੀਂ ਲੋਕ ਜਾਣਗੇ ਸਿੱਧੂ ਆਖਾਂ ਦੇ ਦੁਨੀਆ ਜਾਣਦੀ ਸੀਗੀ ਬਲਵਿੰਦਰ ਨੂੰ ਨਹੀਂ ਗਾਂਧੀ ਸੁਰਖਪੁਰੀਆਂ ਨੂੰ ਵੀ ਸਾਰੇ ਜਾਣਦੇ ਸਨ ਬਲਵਿੰਦਰ ਨੂੰ ਕਰਦੇ ਕਾਹ ਨਹੀਂ ਸਕਦੇ ਕਾਕੇ ਨੂੰ ਦੁਨੀਆ ਜਾਣਦੀ ਹੈ ਬਲਵਿੰਦਰ ਨੇ ਬਹੁਤ ਸਾਰੇ ਖਿਡਾਰੀਆਂ ਨੇ ਪਰ ਨਿਕਲੇ ਮਸ਼ਹੂਰ ਨੇ ਕਬੱਡੀ ਦੇ ਆਹ ਬਿੰਦਰ ਕਾਂਗਰ ਵਾਲਾ ਤੇ ਸੁੱਕਾ ਸ਼ੀਸ਼ਕ ਵਾਲਾ ਕੋਸ਼ਿਸ਼ ਕਰਦਾ ਹੋਇਆ ਮੈਦਾਨ ਦੇ ਵਿੱਚ ਫਾਲ ਆਉਂਦੀ ਇੱਕ ਪਾਸੇ ਸ਼ੀਸ਼ਕ ਬਣਦਾ ਦੂਸਰੇ ਪਾਸੇ ਕਾਂਗਰ ਬਣਦਾ ਖੁੱਲੀ ਹੋਈ ਮੈਦਾਨ ਵਿੱਚ ਬੱਲੇ ਹੰਡੇ ਦੇ ਲਾਗੇ ਸਰਦ ਸਿੰਘ ਚੱਲਦਾ ਹੋਇਆ ਗੋਲ ਜਿਹਾ ਡਾਇਆ ਦੋ ਹੰਡੇ ਵਿੱਚ ਦਿਸਦੇ ਛੱਡ ਜਾਂਦਾ ਚਾਹ ਜਾਂ ਖਿਡਾਰੀ ਵਿੱਚ ਦਿਸਦੇ ਜਾਈਏ ਬਿਠਾਏ ਉਹਦੇ ਜਿਹਨੇ ਕਾਹਰੇ ਕੱਟੀ ਆ ਖੇਡਣੀ ਕਬੱਡੀ ਆ ਖੇਡਣੀ ਕਬੱਡੀ ਸੁਖਰ ਦਾ ਸੇਵਾ ਖੇਡ ਬੜੀ ਪਿਆਰੀ ਖਿਡਾਰੀ ਦੀ ਹਜ਼ਾਰਵੀਂ ਬੱਲੇ ਬੱਲੇ ਕਰਾਉਂਦਾ ਕਦੇ ਫੁੱਟਬਾਲ ਦੇ ਖੇਡ ਮਿਲਦਾ ਬੈਠੇ ਆ ਦੋ ਭਰਾ ਖੇਡਦੇ ਕਬੱਡੀ ਤਾਂ ਸੁਖ ਦੀ ਬਈ ਰੇਲ ਦੇ ਉੱਪਰ ਫੁੱਲ ਲੱਤੀ ਲੱਗ ਕੇ ਦੇਖ ਰਿਹਾ ਕਿਸੇ ਪਾਸੇ ਜਰੇਤ ਪਈ ਆ ਪਰ ਕੀੜਾ ਜਾਂਦੀ ਹੈ ਰੁਕੀ ਦੇ ਸੁਣ ਵਰਤਮਾਨ ਕਰਦਾ ਹੋਇਆ आत्मा डाले वाला कोशिश कर रहा ढकन की पासे की सह आत्मे का शरीर शरीर जो है नीया वर्ग काले वर्ग का लग रहा है इस मैदान में कोशिश चलती हुई खिलाड़ी की हल्ले के लागे चलना चलना संघर्ष हरजीत एंड फ्रेंड्स क्लब तोहीरा सिंह सूटेड बूटेड पर्सनैलिटी के तौर पर ढिलों जी लिखते हैं भी साधु सिंह जी बराड़ साहब सूटेड बूटेड पर्सनैलिटी
ਤੇ ਮਾਲਕ ਨੇ ਬੜੀ ਸ਼ਾਨਦਾਰ ਸੇਵਾਵਾਂ ਨੇ ਕਬੱਡੀ ਦੇ ਵਾਸਤੇ ਧੰਨਵਾਦ ਅਕਸ਼ੇ ਤੌਰ ਤੇ ਲਓ ਇਹਦੇ ਪਾਸੇ ਫਿਰ ਕਬੱਡੀ ਪੈਸੇ ਦੇਖਦੇ ਨੇ ਸੁੱਖਾ ਸਾਥੂ ਵੱਲ ਗਿਆ ਦਰਸ਼ਨ ਗਿੱਲ ਓਨਟਾਰੀਓ ਦੀ ਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਕੈਨੇਡਾ ਦੇ ਵਿੱਚ ਦੇਣ ਹੈ ਕਬੱਡੀ ਨੂੰ ਉਹਨਾਂ ਦਾ ਸਾਥੂ ਵਾਲਾ ਖੇਡ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੁੱਖ ਡਿਟਰਾ ਵਾਲਾ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਹਰਜੀ ਦੇ ਫਰੰਟ ਕਲੱਬ ਤੋਂ ਹੀਰਾ ਸਿੰਘ ਵੱਲ ਲਓ ਅੱਗੇ ਵੱਧ ਕੇ ਦੇਖਦੇ ਨੇ ਫਿਰ ਪਿਛ ਕਰਦਾ ਹੋਇਆ ਨਾਨਕ हरजी का फ्रेंड का पत्तो हीरा सिंह हिस्से जुड़ता हुआ एक हो नंबर मैदान के अंदर और आगे बिच मैदान में देखो गबरू दूले शेर लौंदे पट्टा उत्ते छापिया होंगे साना वागर भेड़ तूड़ बिच समाना उड़ती जब खेद मर्द दलेर करनिया सख्त पैंदिया मेहनत किस्मत में होंगी फेर करनिया सख्त पैंदिया मेहनत खेत किस्मत में होंगी फेर ऐना सौखा नहीं तोड़ना बड़ी होंगे टीसी वाला फेर बड़ी मुश्किल है इन्हें मैदानों के जितना हासिल कर लिया फिर दुनिया के ऊपर नाम कमाना जिंदगी जीत जाती है नाम कमाने बड़े औखे ने फिर नाम के नाले नामा फिर कहते बहु सफारी थले की टिकट कटानी बसा दी सो बहुत सारे कमेंटेटर गल करते हैं इधर पास देखते भी आ नौजवान नानक कोशिश करता हुआ मैदान के बच्चे फल होती पॉइंट इंदू इंदगढ़िया दलेरा ना खिलाड़ी है गोसाल सिंह जी बराड़ साहब ने समझाया कि नौजवान टाइमिंग बड़ी जरूरी है थोड़ा रेडर को टाइम दो फिर टेक्निकल तरीके से जफा लाओ तो इस समय टाइम फिर करो आने रेडर को नहीं लगना तो कोच साहब जानकारी जो खिलाड़ियों को विशेष दे जारी कर रहे थे भी बग्गा बहुत बढ़िया खिलाड़ी है बढ़ाने वाला इंदगढ़िया करूंगा दो हथ या दूसरे पास तार का बड़ा तजर्बा इन्हें खेल बढ़ाना था ना उपाई फिर रेड बग्गा पढ़ाने वाले भी बहुत बढ़िया कोशिश चलती फिर टक्कर दी फिर देखने भी पैर जो है हंधे बिलागे संघर्ष चलता हुआ ते बगा पढ़ाने वाला जोरदार खिलाड़ी इशारा करता हुआ पैर हम भी हमना टूर इंटरनेशनल कबड्डी क्लब मोगा की टीम शायद जरा दलजीत शबाशी दिता हुआ भी तो वधिया खिलाड़ी नौजवान है वधिया प्रदर्शन करता है जो दलजीत कनेडा की ओंटारियो स्टेट के टोरंटो के ब्रम्पटन के एरिए का वसनीक है फिर भी मिकलागल से रिलासन का एरिया स्प्रिंगडेल नो सिंगडेल आखिरी बहुत सारे पंजाबी बच्चे ने उस स्ट्रीट का नाम ही कहते सिंगडेल पा दिता गोरिया ने पंजाबी बच गए स्प्रिंगडेल नो सिंगडेल तब्दील तब्दील कर दिता गया कोशिश करता है चक्कर में पै गया लपेटा 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 पर इधर पास सुख अरदास वाला है बहुत वधिया नंबर का वादा करता हुआ हम भी अमना टूर इंटरनेशनल कबड्डी क्लब मोगा के वास्ते वधिया मुकाबला खेला जा रहा है इस मैदान के अंदर अगली देर पाउंड के वास्ते इंदू फिर मैदान के बढ़ता हुआ कबड्डी का खिलाड़ी इंदू इंदगढ़िया हूं देख रहे भी शीर्षक वाला लाओ डारे वाला कोशिश कर रहा है टक्कर की मनप्रीत सिंह पैंट रेडर के हिस्से के हरजीत फ्रेंड का पत्तो हीरा सिंह के हिस्से जुड़ता हुआ सासू वाली अगली देर मैदान के पाउंड के वास्ते बढ़ता हुआ कबड्डी का खिलाड़ी चार खिलाड़ी मेरे पास एन पूरी तैयारी के बीच फिर देखा भी कौन नौजवान फिर जफा ला देगा साधी सिंह जी राज साहब वालों के चंडे हुए बड़े चीड़े ने लाओ जरेतपुरी अमरू कोशिश कर रहा है अमना भी बहुत बढ़िया खिलाड़ी निका भी बहुत बढ़िया खिलाड़ी कमल वर्गे नौजवान बढ़िया खेल प्रदर्शन कर गए और कदे नौजवान अमरू का नाम चलता इन्हें मैदान के अंदर पॉइंट हरजीत हीरा सिंह के हिस्से जुड़ता हुआ हरजीत एंड फ्रेंड्स का पत्तो हीरा सिंह के साढ़े 26 नंबर ने अंबी अमना टूर इंटरनेशनल कबड्डी क्लब मोगा के 35 नंबर ने 26 के मुकाबले 35 के नाल अंबी टूर इंटरनेशनल कबड्डी क्लब मोगा की टीम जेतू रही पत्तो हीरा सिंह के साढ़े 26 अंबी अमना टूर इंटरनेशनल कबड्डी क्लब मोगा के 35 नंबर सन अंबी अमना टूर इंटरनेशनल कबड्डी क्लब मोगा की टीम जेतू रही अगला मैच शंकरा